ਇਹਨਾਂ ਮੁੰਡਿਆਂ ਦਾ ਫਾਈਨਲ ਮੁਕਾਬਲਾ ਹੈ। ਕਈਆਂ ਨੂੰ ਹਰਾ ਕੇ ਜਿਹੜਾ ਅੱਜ ਫਾਈਨਲ ਦੇ ਵਿੱਚ ਸਾਡੇ ਸੰਗਤ ਬਹੁਤ ਸੋਹਣੇ ਪ੍ਰਾਈਜ਼ ਜਿਹੜੇ ਪਾਵਰ ਪੰਚ ਸਾਡੇ ਵੀਰਾਂ ਨੇ ਇਹਨਾਂ ਮੁੰਡਿਆਂ ਦੇ ਲਈ ਰੱਖੇ ਨੇ। ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ, ਸਾਰੀ ਆਈ ਸੰਗਤ ਦਾ ਜਿਹੜੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਇਹਨਾਂ ਖੇਡਾਂ ਨੂੰ ਦੇਖਣ ਦੇ ਲਈ ਆਏ। ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਲਓ ਇੱਧਰੋਂ ਮੁਕਾਬਲਾ ਜਸਕਾਰ ਫਿਰ ਬਿਰਤੀ ਲਾ ਕੇ ਬਹਿ ਗਿਆ। ਇੱਧਰ ਸੁੱਖਾ ਕੋਟ ਕਰੋੜ ਵਾਲਾ ਇਹ ਵੀ ਬਿਰਤੀ ਲਾ ਕੇ ਬਹਿ ਗਿਆ। ਪਰ ਪਤਾ ਲੱਗ ਜਾਣਾ ਵੀ ਕਿੰਨੇ ਮਿਹਨਤ ਕਿੰਨੇ ਸਕੈਟ ਕਿਹਦੀ ਹਵਾ ਚ ਕਿੰਨਾ ਕਮਜ਼ੋਰ ਹੈ। ਮੇਰੀ ਕਿਰਪਾ ਕਰਕੇ ਬੇਨਤੀ ਹੈ ਜੀ ਵੀ ਜਿਹੜਾ ਆਪਣਾ ਬਾਂਦੇ ਵਾਲੇ ਟੋਚਰ ਨੇ ਕੋਈ ਵੀ ਵੀਰ ਭਾਗ ਲੈ ਸਕਦਾ। ਮੇਰੀ ਬੇਨਤੀ ਹੈ ਸਾਡੀ ਉੱਧਰੋਂ 60 ਸਾਲ ਦੇ ਬਜ਼ੁਰਗ ਉੱਪਰ ਜਿਹੜੇ ਰਿਸ ਆ ਉਹਨਾਂ ਲਈ ਵੀ ਵਧੀਆ ਪ੍ਰਾਈਜ਼ ਜਿਹੜੇ ਰੱਖੇ ਗਏ ਆ। 100 ਰੁਪਏ ਦਾ ਕੁਝ ਨਹੀਂ, ਵਧੀਆ ਪ੍ਰਾਈਜ਼ ਨੇ, ਸਾਮਾਨ ਨੂੰ ਵਧੀਆ ਦਾਣਾ ਪਾਣੀ ਜਿਹਾ ਬਣ ਜੂਗਾ। 60 ਸਾਲ ਦੇ ਉੱਪਰ ਨੇ ਜਿਹੜੇ ਉਹ ਕਿਰਪਾ ਕਰਕੇ ਭਾਗ ਲੈ ਸਕਦੇ ਆ ਜੀ। ਮੇਰੀ ਬੇਨਤੀ ਹੈ ਇੱਧਰੋਂ ਮੁਕਾਬਲਾ ਉਹਨਾਂ ਦੇ ਬਾਹਾਂ ਦੇ ਗਰੁੱਪ ਕਿੰਨੇ ਕੁ ਮਜ਼ਬੂਤ ਹੈ ਇਹ ਪਤਾ ਲੱਗ ਜਾਣਾ। ਸਾਰੇ ਕਹਿੰਦੇ ਆ ਵੀ ਕੀਮ ਦੀ ਕੰਧ ਤੇ ਆਪਣੇ ਦਾਦੇ ਦਾ ਕੋਈ ਮਜ਼ਬੂਤੀ ਨਾ। ਲਓ ਉੱਧਰੋਂ ਇਹ ਲੱਗਿਆ ਹੋਇਆ ਜੂੜ, ਪਤਾ ਲੱਗ ਜੂ ਵੀ ਕਿੰਨਾ ਕੁ ਟਾਈਮ ਕਿੰਨਾ ਕੁ ਸਮਾਂ ਲੱਗਦਾ। ਦੋਵੇਂ ਮੁੰਡੇ ਨਿੱਤਰ ਕੇ ਆਏ ਆ, ਇੱਕੋ ਜਿਹੀ ਉਮਰ ਇੱਕੋ ਜਿਹੀ ਸਰੀਰ। ਮੇਰੇ ਵੀਰੋ ਬਹੁਤ ਬਹੁਤ ਧੰਨਵਾਦ। ਮੈਂ ਫਿਰ ਦੁਬਾਰਾ ਕਰਦਾ ਸਾਰੇ ਵੀਰਾਂ ਦਾ ਜਿਹੜੇ ਭਰਾਵਾਂ ਨੇ ਇਸ ਮੇਲੇ ਨੂੰ ਕਰਾਉਣ ਦੇ ਲਈ ਸਾਡੀ ਜ਼ਿੰਦਗੀ ਦੇ ਬਹੁਤ ਸਤਿਕਾਰਯੋਗ ਵੀਰ। ਜਦੋਂ ਪਹਿਲੀ ਵਾਰੀ ਖੇੜੀ ਹੋਣੀ ਮਿਲੇ ਥੈਂਕਿਊ ਨਹੀਂ ਮਿਲੇ। ਇੱਕ ਬਾਈ ਮੁੰਡਾ ਸ਼ਾਹਪੁਰੀ ਆ ਜੋ ਉਦੇਸਾਂ ਦੇ ਵਿੱਚ ਰਹਿ ਗਿਆ, ਜੋ ਉਹਨੇ ਵੀ ਵੱਡਾ ਪਲੇਟਫਾਰਮ ਬਣਾ ਲਿਆ, ਪਿਆਰ ਜਿਹੜਾ ਵੜਿਆ ਰਹੇ, ਇਹੀ ਵਧੀਆ ਗੱਲਾਂ ਨੇ। ਲੈ ਇੱਧਰ ਜ਼ੋਰ ਲੱਗਿਆ ਪਿਆ ਕਿ ਜ਼ੋਰ ਤੇ ਜਵਾਨੀ ਜਦ ਉਮਰਾਂ ਦੀ ਖੇਡ ਵੀ ਇਹਦੇ ਵਿੱਚ ਹੁੰਦਾ ਜਦ ਸਾਹਮਣਾ ਬਣਾ। ਇਹਨਾਂ ਨੇ ਸਾਂਭ ਕੇ ਰੱਖੇ ਹੈ ਉਹਨਾਂ ਦੀਆਂ ਗੱਲਾਂ ਹੁੰਦੀਆਂ। ਪੁਰਾਣੇ ਬਜ਼ੁਰਗ ਆਪਣੀਆਂ ਜਵਾਨੀਆਂ ਨੂੰ ਯਾਦ ਕਰਦੇ ਆ, ਜਿਵੇਂ ਮੈਂਟੋ ਗੁਰਦਾ ਲਿਖਦਾ ਹੁੰਦਾ ਕਿ ਜਦੋਂ ਨੀ ਜਵਾਨੀ ਉਦੋਂ ਮੇਰੇ ਉੱਤੇ ਆਈ ਸੀ, ਭੱਜੀ ਜਾਂਦੀ ਕਾਹਨੋਂ ਸੈਂ ਕਿ ਘਰ ਤੋਂ ਆਈ ਸੀ ਕਿ ਹੁਣ ਨਹੀਂ ਲੈਂਦਾ ਸਾਥੋਂ ਦੇਰ ਨੀ ਜਵਾਨੀ, ਇੱਕ ਵਾਰੀ ਆ ਜਾ ਮੁੜ ਫਿਰ ਨੀ ਜਵਾਨੀ। ਬਜ਼ੁਰਗ ਆਪਣੀਆਂ ਜਵਾਨੀਆਂ ਨੂੰ ਯਾਦ ਕਰਦੇ ਆ ਵੀ ਅਸੀਂ ਜਦੋਂ ਖੇਤ ਆਹ ਵੱਟਾ ਰੱਖਦੇ ਸੀ ਉਦੋਂ ਮੋਟਰਾਂ ਵੀ ਕਹਿੰਦੇ ਖੂਹੀ ਆ ਕੇ ਆਉਂਦੀਆਂ ਸੀ, ਚੱਕ ਕੇ ਮੋਢੇ ਦੇ ਲਾ ਕੇ ਬਾਹਰ ਲੈ ਆਉਂਦੇ ਸੀ। ਦੂਜੇ ਪਾਸੇ ਮੁੰਡਾ ਜਸ ਕਰਨ